الحمد لله الواحد الأحد الفرد الصمد الذي لم يلد ولم يولد ولم يكن له كفوا أحد. اللهم صل على محمد وعلى آل محمد كما تحب وترضى. أما بعد فأعوذ بالله من الشيطان الرجيم. بسم الله پیار ہونا چاہیے بندے کی انفت ہونی چاہیے بندے
عليه وسلم لحبان الله جمع بات ناس كنا تبات خطب کريو اللہ رب العالمين نے اعلان فرمایا خاک کے قائنات کا قرآن اس بات کا اعلان کردائی اللہ رب العالمين فرما دے وَمَنْ يُطِعِ اللَّهَ وَالرَّسُولَ فَأُولَئِكَ مَعَ الَّذِينَ أَنْعَمَ اللَّهُ عَلَيْهِمْ مِنَ النَّبِيِّينَ وَالصِّدِّيقِينَ وَالشُّهَدَاءِ وَالصَّالِحِينَ وَحَسُنَ أُولَئِكَ رَفِيقًا اللہ اکبر سب تو پہنے مسلمان بھائیو پتہ کی کرنے
اللہ دے نبی دی سیرت دا مطالعہ کرنا ہے نبی پاک علیہ السلام دے رسالوں پڑھنا ہے صحیح بخاری اندر میرے نبی دی اللہ اکبر ذات محترم جمال پڑھنا ہے صحیح مسلم دے اندر اللہ دے نبی دا جمال کیسا میرے نبی دی صورت پیاری کیسی اللہ اکبر میں قربان جاواں حضرت بلال بن عازب رضی اللہ تعالی عنہ بیان کردے نے اے نبی پاک علیہ الصلوۃ والسلام نو ویکھیا تے میں ایندا ویکھیا کہ آپ ورگا کوئی نہیں ویکھیا ایندا پیارا ویکھیا آپ ورگا میں کوئی نہیں ویکھیا آپ تے وجود دی بناوٹ نو ویکھیا تے آپ دے ورگی وجود دی بناوٹ بھی کسے دی نہیں ویکھی درمیان دا قد میرے پیغمبر دا نہ زیادہ لمبا اے نہ زیادہ چھوٹا اے اللہ ہو فکر مند نہیں ہونا اللہ اکبر ہو سکتا ہے اللہ تعالی اس درود
ਸ਼ੁਕਰਾਨ ਦੀ ਬਰਕਤ ਦੇ ਨਾਲ ਦੁਨੀਆ ਤੇ ਸ਼ਾਇਦ ਤੈਨੂੰ ਦੀਦਾਰ ਨਾ ਹੋਵੇ ਅੱਲਾ ਤੈਨੂੰ ਜੰਨਤ ਤੇ ਪੱਕਾ ਪੱਕਾ ਹੋਵੇ ਦਾ ਦਵਾਨੀ ਬਣਾ ਛੱਡੇ ਲੋਕ ਕੀਦਾ ਮੇਰੇ ਨਬੀ ਨੂੰ ਦੀਦਾਰ ਕਰੀਦਾ ਮੇਰੇ ਪੈਗੰਬਰ ਦਾ ਹਦੀਸ ਸੁਣਾਣਾ ਤੇ ਗੱਲ ਮੁਕਾਵਾ ਮੇਰੇ ਪੈਗੰਬਰ ਦੇ ਸਾਹਬ ਵੀ ਹਜ਼ਰਤ ਸੁਬਾਨ ਬਦੀ ਅੱਲਾ ਤਾਲਾ ਮੇਰੇ ਪੈਗੰਬਰ ਦੇ ਕੋਲ ਆਏ ਅੱਲਾ ਦੇ ਨਬੀ ਜੀ ਮੇਰਾ ਤੁਹਾਡੇ ਨਾਲ ਪਿਆਰ ਹੀ ਬੜਾ ਪੈ ਗਿਆ ਏ ਮੁਹੱਬਤ ਹੀ ਬੜੀ ਬਣ ਗਈ ਏ ਅੱਲਾ ਦੇ ਰਸੂਲ ਜਦੋਂ ਮੈਂ ਵੇਖ ਲੈਂਦਾ ਕੋਹਾਨੂੰ ਮੈਨੂੰ ਕਰਾਰ ਲੱਭਦਾ ਹੈ ਮੈਨੂੰ ਸਕੂਨ ਲੱਭਦਾ ਹੈ ਇਤਮਾਨ ਲੱਭਦਾ ਹੈ ਜਦੋਂ ਆਪਣੇ ਘਰ ਚਲਾ ਜਾਣਾ ਆਪਣੇ ਮਾਮਲਾਤ ਦੇ ਅੰਦਰ ਪੈ ਜਾਣਾ ਅੱਲਾ ਹੂ ਅਕਬਰ ਬੇਚੈਨ ਹੋਣਾ ਬੇਕਰਾਰ ਹੋ ਜਾਣਾ ਤੇ ਜਦੋਂ ਕਰਾਰ ਦੀ ਲੋੜ ਪੈਂਦੀ ਏ ਅੱਲਾ ਦੇ ਨਬੀ ਨੇ ਤੁਹਾਡੇ ਕੋਲ ਦੌੜ ਨਾ ਕੇ ਆ ਜਾਣਾ ਤੁਹਾਨੂੰ ਤੱਕ ਲੈਣਾ ਵਾ ਤੇ ਮੈਨੂੰ ਸਕੂਨ ਲੱਭ ਜਾਂਦਾ ਏ ਦੇਖੋ ਪੂਰੀਆ ਦੁਨੀਆ ਚ ਬੜੇ ਬੜੇ ਹੁਸਨ ਵਾਲੇ ਵੇਖੇ ਹੋਣੇ ਨੇ ਅਗਰ ਦੁਨੀਆ ਦੇ ਲੋਕਾਂ ਦੇ ਹੁਸਨ ਦਾ ਤੇ ਮੇਰੇ ਨਬੀ ਦੇ ਹੁਸਨ ਦਾ ਫਰਕ ਕੀ ਏ ਇੱਥੇ ਕਿਸੇ ਨੂੰ ਹੁਸਨ ਕਿਸੇ ਦਾ ਵੇਖਿਆ ਅੱਲਾਹੁ ਅਕਬਰ ਬੰਦਾ ਐਸਾ ਦੀਵਾਨਾ ਹੋਇਆ ਬੇਕਰਾਰ ਹੋ ਗਿਆ ਬੇਚੈਨ ਹੋ ਗਿਆ ਬਰਬਾਦ ਹੋ ਗਿਆ ਲੋਕਾਂ ਦਾ ਹੁਸਨ ਵੇਖ ਕੇ ਲੋਕ ਬਰਬਾਦ ਹੁੰਦੇ ਨੇ ਤੇ ਮੇਰੇ ਨਬੀ ਦਾ ਹੁਸਨ ਵੇਖ ਕੇ ਲੋਕ ਬਰਬਾਦ ਹੁੰਦੇ ਨੇ ਮੇਰੇ ਨਬੀ ਨੂੰ ਵੇਖ ਕੇ ਲੋਕਾਂ ਨੂੰ ਸਕੂਨ ਲੱਭ ਜਾਂਦਾ ਹੈ ਅੱਲਾ ਦੇ ਨਬੀ ਤੁਹਾਨੂੰ ਲੱਗ ਲੈਣਾ ਵਾ ਤੇ ਮੇਰੇ ਕਰਾਰ ਲੱਭ ਜਾਂਦਾ ਹੈ ਸਕੂਨ ਲੱਭ ਜਾਂਦਾ ਹੈ ਅਗਰ ਤਵੱਜੋ ਕਰੋ ਤੇ ਮੈਂ ਬਾਬਾ ਜੀ ਸ਼ਮਸ਼ਾਨ ਰਹਿਮਤੁਲਾ ਅਲੈ ਤਾਲਾ ਨੇ ਦੀ ਜਨਾਬ ਅੱਲਾ ਹੂ ਅਕਬਰ ਅੱਲਾ ਅੰਦਰ ਤੁਹਾਨੂੰ ਇੱਕ ਗੱਲ ਸਮਝਾਵਾ ਫਰਮਾਉਂਦੇ ਨੇ ਮੈਂ ਸਦਕੇ ਸੋਹਣਾ ਮੁਖੜਾ ਮੈਂ ਸਦਕੇ ਸੋਹਣਾ ਮੁਖੜਾ ਜਦ ਵੇਖਣੇ ਦਾ ਭੁਖੜਾ ਵੇਖਾਂ ਤੇ ਕੱਢ ਜਾਏ ਦੁਖੜਾ ਹੋ ਜਾਏ ਹਰਾ ਦਿਲ ਸੁਖੜਾ ਹੋ ਜਾਏ ਹਰਾ ਦਿਲ ਸੁਖੜਾ ਵੇਖਾਂ ਤੇ ਕੱਢ ਜਾਏ ਦੁਖੜਾ ਹੋ ਜਾਏ ਹਰਾ ਦਿਲ ਸੁਖੜਾ ਕੋਈ ਚਿਹਰੇ ਨੂੰ ਤਲਵਾਰ ਕਹੇ ਤਲਵਾਰ ਦੀ ਕੋਈ ਧਾਰ ਕਹੇ ਕੋਈ ਬੱਦਲ ਦਾ ਨਿਸ਼ਕਾਰ ਕਹੇ ਕੋਈ ਬਿਜਲੀ ਦਾ ਚਮਕਾਰ ਕਹੇ ਅੱਲਾਹੁ ਅਕਬਰ ਤੇਰੇ ਘਰ
ਸਾਡੇ ਅੰਦਰ ਕੋਈ ਜਨਾਬ ਮੰਨ ਜਾਏ ਤੇ ਆਪਣੇ ਅੰਦਰ ਕਿੰਜ ਬਣਾ ਕਿ ਨਬੀ ਪਾਕ ਦੇ ਅੰਦਾਜ਼ ਚ ਹੋਣਾ ਸ਼ਾਤੀ ਦਾ ਆਵੇ ਅੰਦਾਜ਼ ਨੂੰ ਇਖਤਿਆਰ ਕਰ ਜਿਹੜਾ ਮੇਰੇ ਪੈਗੰਬਰ ਨੇ ਇਖਤਿਆਰ ਕੀਤਾ ਅੱਲਾਹ ਹੁ ਅਕਬਰ ਸ਼ਬਰੋ ਦੇ ਜੁਗਾਰੇ ਲੱਗ ਜਾ ਕਿ ਮੇਰੇ ਪੈਗੰਬਰ ਨੇ ਗੁਜ਼ਾਰੇ ਅੱਲਾਹ ਦੇ ਨਬੀ ਦਾ ਤਾਬੇਦਾਰ ਬਣ ਜਾ ਫਰਮਾ ਬਰਦਾਰ ਬਣ ਜਾ ਅੱਲਾਹ ਤਾਲਾ ਤੈਨੂੰ ਸੋਹਣੇ ਨਬੀ ਦਾ ਕਿਤਾਰ ਅਦਾ ਕਰ ਦੇਗਾ ਅੱਲਾਹ ਤੈਨੂੰ ਨਬੀ ਪਾਕ ਦੀ ਜ਼ਿਆਰਤ ਅਦਾ ਕਰ ਦੇਗਾ ਅਗਰ ਜ਼ਿਆਰਤ ਚਾਹੁੰਦੇ ਅਗਰ ਦੀਦਾਰ ਚਾਹੁੰਦੇ ਮੇਰੇ ਪਾਕ ਪੈਗੰਬਰ ਦਾ ਅੱਲਾਹ ਹੁ ਅਕਬਰ ਫਿਰ ਤਾਬੇਦਾਰ ਬਣਨਾ ਤਾਬੇਦਾਰ ਬਣਨਾ ਹਸਰਤ ਤੁਹਾਡੇ ਦਿਲ ਵਿੱਚ ਵੀ ਹਸਰਤ ਮੇਰੇ ਦਿਲ ਵਿੱਚ ਵੀ ਚਲੋ ਮੇਰੇ ਨਾਲ ਦੱਸਾਂ ਦੇ ਅੰਦਰ ਬਾਤ ਨੂੰ ਕਰੋ ਜਰਾ ਤੇ ਅੱਲਾਹ ਹੁ ਅਕਬਰ ਕਰਾਂਗਾ ਇੱਕ ਪਿਆਰ ਵਾਲਾ ਇਹਨੂੰ ਸੁਣਾਵਾ ਮੁਹੱਬਤ ਵਾਲਾ ਕਰਾਂਗਾ ਇੱਕ ਕਰਾਂਗਾ ਤੁਹਾਨੂੰ ਸੁਣਾਵਾ ਮੁਹੱਬਤ ਵਾਲਾ ਪਿਆਰ ਵਾਲਾ ਅੱਲਾਹ ਹੁ ਅਕਬਰ مر جانے الیاس میں تری
حسن وحسين لا